ਵੇਖਾ ਕਿਤੇ ਇੰਨਾ ਦੁਨੀਆ ਲੰਗਰ ਖਾ ਕੇ ਗਈ, ਕਿਤੇ ਮੁੱਕਣ ਲੱਗਾ ਕਿਤੇ। ਹਾਂਜੀ ਭਾਅ ਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਬਾਲਕ੍ਰਿਸ਼ਨ ਜੀ, ਬਾਲੀ ਢੋਲਵਾਲਾ। ਮੈਂ ਗੁਰਦਾਸਪੁਰ ਤੋਂ ਗੱਲ ਕਰਦਾ। ਇਸ ਸਰਕਾਰੀ ਹੋਸਪਿਟਲ ਤੁਸੀਂ ਆਏ ਸੀ, ਤੁਸੀਂ ਇੱਥੇ ਦੀ ਜਿਹੜਾ ਲੰਗਰ ਦੀ ਸੇਵਾ ਜਿਹੜੀ ਗੁਰੂ ਰਾਮਦਾਸ ਵੱਲੋਂ ਕੀਤੀ ਜਾ ਰਹੀ ਆ, ਉਸ ਸੰਬੰਧੀ ਤੁਸੀਂ ਕੀ ਕਹੋਗੇ? ਬਹੁਤ ਵਧੀਆ ਜੀ, ਉਹਨਾਂ ਦਾ ਉਪਰਾਲਾ ਬਹੁਤ ਅੱਛਾ, ਔਰ ਹਰ ਇੱਕ ਨੂੰ ਇਸ ਨਾਲ ਜੁੜਨਾ ਚਾਹੀਦਾ। ਮੇਰੀ ਅਸੀਂ ਇਹੀ ਬੇਨਤੀ ਹੈ ਸਾਰੇ ਪੰਜਾਬੀਆਂ ਦੇ ਔਰ ਸਾਰੇ ਜਿੰਨੇ ਵੀ ਸਾਡੇ ਦੇਸ਼ ਦੇ ਨਾਗਰਿਕ ਹੈਗੇ ਨੇ, ਸਾਰਿਆਂ ਨੂੰ ਇਸ ਤਰ੍ਹਾਂ ਨੂੰ ਉਪਰਾਲਾ ਕਰਨਾ ਚਾਹੀਦਾ। ਪਰਮਾਤਮਾ ਦਾ ਕੰਮ ਹੈ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਚੰਗਾ ਲੱਗਦਾ ਜੀ। ਬਹੁਤ ਵਧੀਆ ਉਪਰਾਲਾ ਜੋ ਇਹਨਾਂ ਨੇ ਸੇਵਾ ਲੰਗਰ ਸੇਵਾ ਜਾ ਕੇ ਹੁਸ਼ਿਆਰਪੁਰ ਵਾਲਿਆਂ ਨੇ ਜਿਹੜਾ ਕੀਤਾ, ਬਹੁਤ ਹੀ ਬਹੁਤ ਅੱਛਾ ਲੱਗਾ ਜੀ।